போன ਸਸਰੀਕਾਲ ਬਾਪੂ ਜੀ ਸਸਰੀਕਾਲ ਪੁੱਤ ਵਧਾਈਆਂ ਜੀ ਤੁਹਾਨੂੰ ਉਹ ਤੁਸੀਂ ਇੱਕ ਹੋਰ ਪੋਤੇ ਦੇ ਦਾਦਾ ਜੀ ਬਣ ਗਏ ਤੈਨੂੰ ਵੀ ਪੁੱਤ ਬਹੁਤ ਬਹੁਤ ਵਧਾਈਆਂ ਹੋਣ ਬਾਪੂ ਇੰਨੀ ਖੁਸ਼ੀ ਦੀ ਗੱਲ ਆ ਤੂੰ ਕਿਹੋ ਜਿਹਾ ਮੂੰਹ ਬਣਾ ਰੱਖਿਆ ਯਾਰ ਪੁੱਤ ਖੁਸ਼ੀ ਦੀ ਗੱਲ ਤਾਂ ਹੈਗੀ ਆ ਪਰ ਮੈਨੂੰ ਨਾ ਤੇਰੀ ਫਿਕਰ ਵੀ ਬਹੁਤ ਹੋ ਰਹੀ ਆ ਫਿਕਰ ਕਾਹਦੀ ਰੱਬ ਨੇ ਮੈਨੂੰ ਤਾਂ ਇੱਕ ਧੀ ਦੇਤੀ ਜਿਹਨੇ ਮੈਨੂੰ ਬੁਢਾਪੇ ਚ ਸਾਂਭ ਲਿਆ ਤੈਨੂੰ ਤਾਂ ਦੂਜਾ ਵੀ ਮੁੰਡਾ ਦੇਤਾ ਤੈਨੂੰ ਕੌਣ ਸਾਂਭੂ ਭਲਾ ਓਏ ਹੋਏ ਕੰਮ ਤੋਂ ਲੇਟ ਹੋ ਗਏ ਯਾਰ ਅੱਜ ਫੋਨ ਹੈਲੋ ਹੈਲੋ ਵੀਰੇ ਤਾਇਆ ਬਹੁਤ ਢਿੱਲਾ ਕੀ ਹੋ ਗਿਆ ਦੋਨੇ ਕਿਡਨੀਆਂ ਫੇਲ ਹੋ ਗਈਆਂ ਤੇ ਡਾਕਟਰ ਨੇ ਕਿਹਾ ਕਿ ਟ੍ਰਾਂਸਫਰ ਕਰਾਉਣਾ ਪਊਗਾ ਵੀ ਬਲੱਡ ਰਿਲੇਸ਼ਨ ਚੋਂ ਓ ਸ਼ਿਟ ਮੈਨ ਤੇ ਫਿਰ ਹੁਣ ਮੇਰੇ ਤੋਂ ਕੀ ਚਾਹੁੰਦਾ ਤੂੰ ਤੇ ਮੈਂ ਚਾਹੁੰਦਾ ਵੀਰੇ ਤੂੰ ਦੇਖ ਲੈ ਤੇਰਾ ਬਲੱਡ ਰਿਲੇਸ਼ਨ ਮਿਲ ਸਕਦਾ ਉਹ ਨਾ ਨਾ ਭਰਾਵਾ ਮੈਂ ਨਹੀਂ ਕਿੰਨੀ ਦੇ ਸਕਦਾ ਯਾਰ ਮੇਰਾ ਆਪਦਾ ਪਰਿਵਾਰ ਆ ਮੈਂ ਵੀ ਬੱਚੇ ਪਾਲਨੇ ਨੇ ਪੈਸੇ ਦੱਸ ਦੀ ਤੂੰ ਕਿੰਨੇ ਚਾਹੀਦੇ ਨੇ ਮੈਂ ਕਿੰਨੇ ਨਹੀਂ ਦੇ ਸਕਦਾ ਹੈਗਾ ਯਾਰ ਚੱਲ ਠੀਕ ਆ ਯਾਰ ਮੈਂ ਕੰਮ ਤੇ ਜਾਣਾ ਮੈਂ ਲੇਟ ਹੋ ਰਿਹਾ ਅੱਗੇ ਹੀ ਬੜਾ ਓਕੇ ਯਾਰ ਮੈਂ ਕਿੱਥੋਂ ਦੇ ਦੂ ਕਿੰਨੀ ਦੱਸ ਸਾਰੇ ਆ ਪਿਆ ਯਾਰ ਬੜਾ ਕੰਮ ਸੀ ਯਾਰ ਠੰਡ ਵੀ ਉੱਪਰੋਂ ਇੰਨੀ ਪਈ ਜਾਂਦੀ ਆ ਸੱਚ ਘਰੇ ਤਾਂ ਫੋਨ ਕਰਕੇ ਪੁੱਛ ਲਈਏ ਹੈਲੋ ਹਾਂਜੀ ਬਾਈ ਕਿੱਦਾਂ ਵਧੀਆ ਵੀਰੇ ਵਧੀਆ ਤੂੰ ਦੱਸ ਉਹ ਤੁਸੀਂ ਦੱਸਿਆ ਹੀ ਨਹੀਂ ਹੈਗਾ ਪੈਸਿਆਂ ਬਾਰੇ ਯਾਰ ਕੁਛ ਪੈਸਿਆਂ ਦਾ ਹੋ ਗਿਆ ਸੀ ਆਪਰੇਸ਼ਨ ਹੋ ਗਿਆ ਤਾਂ ਇਹਦਾ ਹੋ ਗਿਆ ਆਪਰੇਸ਼ਨ ਕਿਹਨੇ ਦਿੱਤੀ ਕਿਡਨੀ ਭੈਣ ਨੇ ਦਿੱਤੀ ਹੈ ਕਿਡਨੀ ਭੈਣ ਨੇ ਬਾਪੂ ਕਿਵੇਂ ਆ ਹੁਣ ਬਸ ਤੂੰ ਹੁਣ ਵੀਰੇ ਜਵਾਕ ਪਾਲ ਆਪਣੇ ਠੀਕ ਆ ਹੋ ਗਿਆ ਐਨ ਵਧੀਆ ਹੋ ਗਿਆ ਠੀਕ ਆ ਤਾਇਆ ਧੀਆਂ ਨੂੰ ਕੁੱਖ ਵਿੱਚ ਮਾਰਨ ਵਾਲਿਓ ਪੁੱਤ ਉਸ ਜਗ੍ਹਾ ਤੇ ਕਦੇ ਨਹੀਂ ਖੜਦਾ ਜਿੱਥੇ ਧੀ ਖੜ ਜਾਂਦੀ ਹੈ ਸੋ ਸੇਵ ਗਰਲਸ ਰਿਸਪੈਕਟ ਗਰਲਸ